क्या गाना गाया आ बल्ले बल्ले हो शिखर चलो मरजानी खर्ची वाली और चक पराठे हाय बल्ले भाई पुत मैं हगा गुलाब सिंह पेंड मेरा गुलाबपुर जरा फुल पत्तियां वाला घर वाली का ना गुलाब कार ते मेरी प्यारी जे जड़ी उरे आके प्रोग्राम कर दिया गुलाबो हाय भाई साई चढ़ गया ता दादे नू और मैं हैगा वे गुलाबो दा दादा ते तुहानू सारिआं नू जड़ी मेरी घर दी आ ना वो कह के गई सी कि भाई साडे दादे नू मतलब कि ताडे दादे नू लकवा मार गया आ वेखो ताडे सामने हट्टा हट्टा कट्टा दादा खलोता है ओ एक मेरी गल सुन लो भाई मैं सुनिया कि उन्हें इतने आके प्रोग्राम करया था है भी वो कली कली प्रोग्राम कर गई और दरअसल दोस्तों पता की आ मैनू कोई लकवा लुकवा नहीं होया ओ जी मैं तो अपना ट्रक लेके गया गया था और हुण मैं ट्रक लेके वापस आया तो मैंने दसिया गुलाबो ने कहती दादा भी आ बीबी ने वेख ला जवानी चढ़ी आ मैनू कमरे च बंद करके तो प्रोग्राम करने पा गई सी मैं कहा कोई ना यदि भगत मैं सवारू पुत तेरे प्रोग्राम नू अज मैं करके आऊँ अज गुलाबो तो गुलाबो की दादी मैनू वेख लेने भी टीवी ते तो भाई बीबा आ जड़ी कह दविंदर भैने तेरा बड़ा नाँ सुने मैं सुने आह बबू भी वाले फोन कर दी अपना सिलेंडर वाले फोन करता साड़ी पोती नू इन्ने फोन काते कर दे मेरे गल करो जरा मैं भी जरा पूछा मैं गुस्सा बहुत चढ़िया हैलो हेलो सत श्रीकाल दादा जी सत श्रीकाल भाई कौन बोल रहे पुत मैं दविंदर बोल रही हूँ कनेक्टिकर तो अज तो बहुत वधिया हो गया साडे दर्शन हो गए दादा जी दे आ दविंदर वही वाली दविंदर है जड़ी रोज फोन करती है हाँ जी हाँ जी हाँ जी पुत तू एडे फोन करती है साडी गुलाबो नु तो हुण सुपना भी तेरे ही आंदे ने ओहो थैंक यू दादा जी मैं भी दिल खुश हुंदा ਮੈਨੂੰ ਤਾਂ ਗੁਲਾਬੋ ਦਾ ਸ਼ੋ ਦੇਖ ਕੇ ਇੰਨਾ ਵਧੀਆ ਲੱਗਦਾ ਫਸਟ ਕਲਾਸ ਨੀਂਦ ਆਉਂਦੀ ਆ ਕਿਹੜੀ ਕਲਾਸ ਨੀਂਦ ਆਉਂਦੀ ਆ ਪੁੱਤ ਮੈਂ ਕਿਹਾ ਬਹੁਤ ਵਧੀਆ ਨੀਂਦ ਆਉਂਦੀ ਆ ਅੱਛਾ 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 ਮੈਂ ਕਿਹਾ ਪਤਾ ਨਹੀਂ ਕਿਹੜੀ ਕਲਾਸ ਨੀਂਦ ਆਉਂਦੀ ਆ ਚੱਲ ਤੇ ਪੁੱਤ ਮੇਰੀ ਗੱਲ ਸੁਣ ਆਪਣਾ ਕਿਹੜਾ ਸ਼ਹਿਰ ਕਿਹੜਾ ਮਿੱਛੀ ਕਿਹੜਾ ਕਿਹੜਾ ਮੇਰਾ ਹੈਗਾ ਕਨੈਕਟੀਕਟ ਕਨੈਕਟੀਕਟ ਅੱਛਾ ਸਾਡੇ ਉਰ ਤਾਂ ਕਨੈਕਟਿਕ ਹੁੰਦੀ ਆ ਕਿ ਗੜ ਲਾ ਲਓ ਅਮਰੀਕਾ ਵਿੱਚ ਹਾਂਜੀ ਹਾਂਜੀ ਕਨੈਕਟਿਕ ਗੜ ਅੱਛਾ ਪੁੱਤ ਦੇਖ ਮੇਰੀ ਗੱਲ ਸੁਣ ਠੀਕ ਆ ਬਾਬਾ ਸਾਡੀ ਸਿਹਤ ਠੀਕ ਆ ਦਾਦਾ ਜੀ ਆ ਵੇਖਦੀ ਹੈ ਜਵਾਨ ਪਿਆ ਮੈਂ ਮੈਨੂੰ ਕੁਝ ਹੋ ਸਕਦਾ ਐਦੀ ਪਰਮਾਤਮਾ ਐਦੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਪਹਿਲਾਂ ਇੱਕ ਵਾਰੀ ਦਾਦੀ ਜੀ ਨੇ ਵੀ ਸ਼ੋਅ ਕੀਤਾ ਸੀਗਾ ਉਦੋਂ ਗੁਲਾਬੋ ਦਾ ਕਹਿੰਦੇ ਢਿੱਡ ਦੁਖਦਾ ਸੀ ਬਿਮਾਰ ਪਈ ਹੋਈ ਸੀ ਤਾਂ ਦਾਦੀ ਜੀ ਕਹਿੰਦੇ ਮੈਂ ਸ਼ੋਅ ਕਰਨਾ ਆ ਨਾ ਪੁੱਤ ਗੁਲਾਬੋ ਦਾ ਕੋਈ ਢਿੱਡ ਨਹੀਂ ਸੀ ਦੁਖਦਾ ਉਹਦੀ ਜਿਹੜੀ ਦਾਦੀ ਹੈ ਨਾ ਗੁਲਾਬਕਾਰ ਬਾਲੀ ਕੈਮ ਜਨਾਨੀ ਬੜੀ ਖਰਾਬ ਆ ਬਾਲੀ ਚਤਰ ਆ ਉਹ ਸਾਨੂੰ ਸਾਰਿਆਂ ਨੂੰ ਨਾ ਧੋਖਾ ਦੇ ਕੇ ਆਈ ਸੀ ਨਾਲੇ ਮੈਨੂੰ ਕੋਈ ਲਕਵਾ ਨਹੀਂ ਮਾਰਿਆ ਬੁੱਧ ਆ ਵੇਖੋ ਫਿਰ ਤੁਸੀਂ ਕਿੱਦਾਂ ਉਹਨਾਂ ਨਾਲ ਸਾਰੀ ਉਮਰ ਕੱਢ ਦਿੱਤੀ ਆ ਬਸ ਉਹ ਕੱਢਣੀ ਹੋਈ ਪੈਣੀ ਸੀ ਸਾਲ ਏਡੇ ਲੰਘ ਕੇ ਫਿਰ ਪਤਾ ਲੱਗਿਆ ਵੀ ਚਤੁਰ ਵਾਲੀ ਆ ਚੱਲ ਕੋਈ ਨਾ ਪੁੱਤ ਧੀਏ ਮੈਂ ਤੇ ਨਾਲ ਬਾਅਦ ਚ ਗੱਲ ਕਰਦਾ ਇੱਕ ਫੋਨ ਆਇਆ ਲਾਇਆ ਕਹਿੰਦੇ ਫੋਨ ਆਇਆ ਵੇ ਓਕੇ ਜੀ ਸਤਿ ਸ਼੍ਰੀ ਅਕਾਲ ਚੰਗਾ ਪੁੱਤ ਓਏ ਇਹ ਫੋਨ ਅਗਲਾ ਆ ਗਿਆ ਜਰਾ ਕਰਾਇਓ ਗੱਲ ਕਿੱਦਾਂ ਕਰਾਉਣੀਆਂ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਪੁੱਤ ਕਿਹੜੀ ਬੋਲਦੀ ਆ ਪੁੱਤ ਹਾਂਜੀ ਮੈਂ ਗੁਰਚਰਨ ਕੌਰ ਬੋਲਦੀ ਹਾਂ ਨੌਰਥ ਕੈਰੋਲਾਈਨਾ ਤੋਂ ਕਿਹੜੇ ਕਾਲੀ ਜਾਨ ਤੋਂ ਨੌਰਥ ਕੈਰੋਲਾਈਨਾ ਤੋਂ ਅੱਛਾ ਨੌਰਥ ਕੈਰੋਲਾਈਨਾ ਉਰੇ ਤਾਂ ਬਿੱਬਾ ਸਾਰੇ ਪਾਸੇ ਲਾਈਨਾਂ ਹੀ ਲਾਈਨਾਂ ਮੈਂ ਤਾਂ ਦੱਸੋ ਕੈਰੋਲਾਈਨਾ ਬਾਹਲੀ ਵਧੀਆ ਗੱਲ ਆ ਕੀ ਨਾਮ ਪੁੱਤ ਤੇਰਾ ਗੁਰਚਰਨ ਦਾਦਾ ਜੀ ਓਹੋ ਗੁਰਚਰਨ ਕਿਆ ਬਾਤ ਆ ਬਈ ਬੜਾ ਪਿਆਰਾ ਨਾਂ ਹੈ ਤੇਰਾ ਗੁਰਾਂ ਦੇ ਚਰਨਾਂ ਦੇ ਵਿੱਚ ਗੁਰਚਰਨ ਅੱਛਾ ਮੇਰੀ ਗੱਲ ਸੁਣੋ ਕਿ ਬਿੱਬਾ ਤੂੰ ਵੀ ਪੁੱਤ ਕਦੇ ਗੁਲਾਬੋ ਨੂੰ ਫੋਨ ਫੂਨ ਕਰਿਆ ਹਾਂਜੀ ਕਰ ਲਈਦਾ ਤੰਗ ਤਾਂ ਨੀ ਕਰਦੀ ਨਹੀਂ ਨਹੀਂ ਅੱਜ ਮੈਂ ਗੁਲਾਬੋ ਲਈ ਇੱਕ ਦੋ ਲਾਈਨਾਂ ਕਹਿਣੀਆਂ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਲੈ ਬਾਬਾ ਤੂੰ ਚਾਰ ਕਿਆ ਪੁੱਤ ਕਰ ਕਰ ਚਾਰ ਬੋਲ ਅੱਛਾ ਜੀ ਸੀਟੀ ਮਾਰ ਸਰ ਬਣਾ ਵੇ ਭੁੱਲ ਗਈ ਬੋੜ ਗੁਲਾਬੋ ਘਰ ਦਾ ਸੀਟੀ ਮਾਰ ਸਰ ਬਣਾ ਵੇ ਭੁੱਲ ਗਈ ਬੋੜ ਗੁਲਾਬੋ ਘਰ ਦਾ ਕਿਆ ਬਾਤ ਆ ਕਿਆ ਬਾਤ ਆ ਬਈ ਦੇਖੀ ਬਿੱਦਾਂ ਆਪੇ ਲਿਖੀਆਂ ਤਾਂ ਲਾਈਨਾਂ ਹਾਂਜੀ ਉਹ ਬੱਲੇ ਉਹ ਬੱਲੇ ਤੇਰੇ ਤਾਂ ਵਾਰੇ ਵਾਰੇ ਜਾਵਾਂ ਤੇ ਮੈਂ ਮੁੜ ਕੇ ਨਾ ਆਵਾਂ ਕਿਆ ਬਾਤ ਆ ਗੁਰਚਰਨ
ਤੇ ਬੀਬੀ ਐ ਨਾ ਕਹੋ ਮੁੜ ਕੇ ਨਾ ਆਵਾਂ। ਹਾਏ ਹਾਏ ਸਹੀ ਤਾਂ ਕਹਿੰਦੀ ਭੂਜੀ, ਮੁੜ ਕੇ ਨਾ ਆਵਾਂ, ਵਾਰੀ ਵਾਰੀ ਜਾਵਾਂ ਤੇ ਮੁੜ ਕੇ, ਮਤਲਬ ਵਾਰਿਆ ਵਾਰਿਆ ਜਾਵਾਂ ਤੇ ਮੁੜ ਕੇ ਨਾ ਆਵਾਂ। ਦਾਦਾ ਕਦੇ ਕਦੇ ਭੁੱਲ ਹੀ ਜਾਂਦਾ। ਅੱਛਾ ਪੁੱਤ, ਬੜਾ ਚੰਗਾ ਲੱਗਾ ਧੀਏ ਤੇਰੇ ਨਾਲ ਗੱਲ ਕਰਕੇ, ਅੱਗੇ ਵੀ ਫੋਨ ਫਾਨ ਕਰਦੀ ਰਹੀ। ਚੰਗਾ ਅੱਛਾ ਜੀ, ਚੰਗਾ ਜਿਉਂਦੀ ਅੱਛਾ ਰਹਿ, ਜੀ ਖੁਸ਼ ਰਹਿ। ਹਾਏ ਭਾਈ, ਐਡੇ ਬੜਾ ਫੋਨ ਫਾਨ ਆਈ ਜਾਂਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਓ ਸਤਿ ਸ਼੍ਰੀ ਅਕਾਲ ਭਾਈ, ਕੌਣ ਬੋਲਦਾ ਵੀਰੇ? ਟੋਰਾਂਟੋ ਤੋਂ ਆ ਜੀ ਮੈਂ, ਟਰਾਂਟੇ ਤੋਂ। ਹਰਦੇਵ। ਅੱਛਾ ਅੱਛਾ ਅੱਛਾ। ਓ ਬਈ, ਟਰੱਕ ਟਰੁੱਕ ਚਲਾਉਂਦਾ ਵੀਰੇ ਤੂੰ? ਨਹੀਂ ਜੀ, ਟਰੱਕ ਨਹੀਂ ਚਲਾਉਂਦਾ ਮੈਂ, ਕੰਮ ਤਾਂ ਹੋਰ ਕਰਦਾ, ਪਰ ਮੈਨੂੰ ਇੱਕ ਚੀਜ਼ ਤੁਹਾਡੇ ਤੋਂ ਰਾਜ ਪੁੱਛਣਾ ਪੈਣਾ ਜੀ। ਹਾਂਜੀ। ਇਹ ਤੁਹਾਡੇ ਜਿੱਦਾਂ, ਚਲੋ ਸਾਰੇ ਜਾਣੇ ਕਹਿੰਦੇ ਵੀ ਗੁਲਾਬੋ ਬਹੁਤ ਸੋਹਣੀ, ਮੈਨੂੰ ਤਾਂ ਉਹ ਗੁਲਾਬੋ ਸਮਾਰਟ ਬੜੀ ਆ ਜੀ। ਸਮਾਰਟ? ਓਹੋ ਸਮਾਰਟ, ਹਾਂ ਬਹੁਤ ਸਮਾਰਟ। ਆਹੋ ਹੈਗੀ ਆ, ਹੈਗੀ ਆ, ਮੈਨੂੰ ਵੀ ਪਤਾ ਲੱਗਿਆ ਸੀ, ਕਿਧਰੋਂ ਦੀ ਆਈ ਸੀ ਖਬਰ, ਕਹਿੰਦੇ ਸਮਾਰਟ ਆ। ਅੱਛਾ, ਇੱਕ ਉਹ ਬੜੀ ਸਿਆਣੀ ਤੇ ਇੱਕ ਚੀਜ਼ ਤੁਹਾਤੋਂ ਵੀ ਰਾਜ ਪੁੱਛਣਾ ਵੀ, ਤੁਹਾਡੀ ਇੰਨੀ ਏਜ ਹੋਵੇ, ਦਾੜੀ ਹਜੇ ਕਾਲੀ ਆ, ਇਹਦਾ ਕੀ ਰਾਜ ਆ? ਓਏ ਹੋਏ, ਮੈਂ ਤੈਨੂੰ ਕੀ ਦੱਸਾਂ, ਆਂਵਲਾ ਖਾਈਦਾ ਸਵੇਰੇ ਉੱਠ ਕੇ, ਪੂਰੇ 4 ਆਂਵਲੇ ਖਾਂਦਾ ਦਿਨ ਦੇ ਮੈਂ, ਐਡਾ ਨਹੀਂ ਦਾੜੀ ਮੇਰੀ ਕਾਲੀ ਬੀਬਾ, 4 ਆਂਵਲੇ ਤੇ 1 ਸੇਓ ਖਾਈਦਾ, ਦੇਖ ਕਿੱਦਾਂ ਜਾਨ ਰਹਿੰਦੀ, ਦੇਸੀ ਘਿਓ ਖਾਂਦਾ ਮੈਂ। ਦੰਦ ਦੁੰਦ ਕਿਵੇਂ ਆ ਸੇਬ ਖਾਣ ਨੂੰ ਜੀ? ਲੈ ਦੱਸ ਭਾਈ, ਆਹੋ ਕਹੋ ਜੀ ਗੱਲ ਕਰਤੀ, ਦੰਦ ਮੈਂ ਤਾਂ ਗੰਨੇ ਚੱਲ ਦੂੰ, ਸਦਾ ਜਵਾਨ ਰਹਿੰਦਾ, ਇਹਨੇ ਧਾਤੇ ਰੋਪ ਪਾ ਲਿਆ ਨਾ, ਬੰਦਾ ਬੁੜਾ ਹੋ ਜਾਂਦਾ। ਅੱਛਾ ਅੱਛਾ, ਚਲੋ ਠੀਕ ਹੈ, ਚੰਗਾ ਚੰਗਾ ਬਹੁਤ ਆਂਵਲਾ ਖਾਣਾ, ਚੰਗਾ ਫਿਰ। ਓਕੇ ਜੀ, ਓਕੇ ਓਕੇ ਓਕੇ, ਬੜੇ ਚੰਗੇ ਪਾਉਂਦੇ, ਪਰ ਦੇਖੋ ਦਾਦੇ ਦੀ ਜਵਾਨੀ ਦਾ ਇਲਾਜ ਪੁੱਛਦੇ ਆ। ਅਗਲਾ ਫੋਨ ਆ ਗਿਆ ਵੀ, ਹਾਏ ਬੇ ਬੇ ਕੋ ਫੋਨ, ਕਹਿੰਦੇ ਕੱਟ ਹੋ ਗਿਆ, ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਆ ਵੀ ਦੇਖੋ, ਮੈਂ ਗੁਲਾਬੋ ਦਾ ਦਾਦਾ, ਨਾ ਹੋਇਆ ਮੇਰਾ ਗੁਲਾਬ ਸਿੰਘ ਪਿੰਡ, ਮੇਰਾ ਗੁਲਾਬਪੁਰ ਘਰ ਵਾਲੀ ਦਾ ਨਾਂ ਗੁਲਾਬ ਕੌਰ ਆ, ਅਤੇ ਦੂਜੀ ਗੱਲ ਇਹ ਆ ਕਿ ਸਾਡਾ ਜ਼ਿਲ੍ਹਾ ਆ ਫੁੱਲ ਪੱਤੀਆਂ ਵਾਲਾ, ਵੀ ਸਾਡੇ ਪਿੰਡਾਂ ਵੱਲ ਦੀ ਅਤੇ ਵੀ ਸਾਰਾ ਜਿੰਨਾ ਵੀ ਸਾਡਾ ਪਿੰਡ ਆ ਨਾ, ਸਾਰੇ ਟਰੱਕ ਚਲਾਉਣ ਦਾ ਕੰਮ ਕਰਦੇ ਆ, ਅਤੇ ਮੈਂ ਸਭ ਤੋਂ ਪੁਰਾਣਾ ਟਰੱਕ ਚਲਾਉਣ ਵਾਲਾ ਅਤੇ ਸਭ ਤੋਂ ਨਵਾਂ ਲੱਗਦਾ। ਔਰ ਜੇਕਰ ਤੁਸੀਂ ਨਾ ਗੁਲਾਬੋ ਦੇ ਦਾਦੇ ਨਾਲ ਗੁਲਾਬੋ ਦੀ ਕੋਈ ਵੀ ਸ਼ਿਕਾਇਤ ਲਾਉਣੀ ਆ, ਸਿੱਧਾ ਫੋਨ ਲਾਉਣਾ, ਆਹ ਨੰਬਰ ਆਉਂਦਾ ਪਿਆ ਟੀ ਵੀ ਪਰ, ਆ ਰਿਹਾ ਨਾ ਬੀਬਾ ਪੁੱਤ, ਆਈ ਜਾਂਦਾ ਆਈ ਜਾਂਦਾ, 3 4 7 2 5 2 ਇਹ ਆਪਣਾ, ਆਹੋ 1 2 3 2 ਆਹ ਫੋਨ ਨੰਬਰ ਦੇ ਉੱਤੇ ਮੈਨੂੰ ਫੋਨ ਕਰਨਾ, ਅਤੇ ਮੈਨੂੰ ਫੋਨ ਕਰਕੇ ਆਹ ਦੱਸ ਦਿਓ ਵੀ ਤੁਹਾਡੇ ਸਾਰਿਆਂ ਨੇ ਵੀ ਮੇਰੀ ਜਿਹੜੀ ਘਰ ਦੀ ਵੀ ਆਈ ਚੂਰ, ਔਰ ਜਿਹੜੀ ਗੁਲਾਬ ਘਰ, ਉਹਨੇ ਕਿਸੇ ਨੂੰ ਦੋਹੇ ਤਾਂ ਨਹੀਂ ਕਰਿਓ, ਮੈਂ ਸੁਣਿਆ ਬੜਾ ਤੰਗ ਕਰਦੀ, ਆ ਫੋਨ ਲਾਇਆ ਮਾੜਾ ਕਿਸੇ ਨੇ, ਮੈਂ ਗੱਲ ਕਰਾਂ। ਹੈਲੋ ਹੈਲੋ, ਉਹਨੂੰ ਨਹੀਂ ਸੁਣਨੀ ਟੀਵੀ ਦੀ ਆਵਾਜ਼? ਹੈਲੋ, ਹਾਏ ਵੇ, ਕਿਹਨੂੰ ਨਹੀਂ ਸੁਣਨੀ ਟੀਵੀ ਦੀ ਆਵਾਜ਼? ਆ ਬਾਬਾ ਘਰ ਦੇ ਕਹਿੰਦੇ ਆ ਤੂੰ ਆਵਾਜ਼ ਹੌਲੀ ਕਰਤੀ, ਅਸੀਂ ਕਿੱਦਾਂ ਸੁਣਾਂਗੇ? ਗੁਲਾਬੋ ਨੂੰ ਸਵੇਰੇ ਉੱਠਦੀ ਸਾਰੇ ਛਿੱਕ ਮਾਰਦੀ, ਕਹਿੰਦੀ ਹਾਏ ਬੱਬੂ ਆਉਣੀ ਆਉਣੀ ਆ, ਉਡੀਕ ਕਰ ਆਉਣੀ ਆ। ਬਾਬਾ ਅੱਜ ਤੈਨੂੰ ਕੀ ਹੋ ਗਿਆ, ਜ਼ਿਆਦਾ ਸ਼ਰਦਾਲੀ ਪੀ ਲਈ ਕਿਹਨੇ? ਬਾਬਾ ਦਾੜੀ ਬੜੀ ਕਾਲੀ ਆ, ਕੀ ਗੱਲ, ਕੀ ਬਦਾਵਰ ਹੋ ਗਿਆ ਜ਼ਿਆਦਾ ਖਾ ਲਿਆ? ਹੁਣੇ ਆ ਮੂਰਲਾ ਫੋਨ ਆਇਆ ਤਾ ਨਾ, ਜਿਹੜਾ ਇਹਨੂੰ ਵੀ ਮੈਂ ਦੱਸ ਕੇ ਹਟਿਆ, ਆਪਣੇ ਪੁੱਤ ਨੂੰ ਵੀ ਡੇਲੀ ਆਂਵਲਾ ਖਾਈਦਾ, ਤੇਰੇ ਵੀ ਸਿਰ ਦੇ ਵਾਲ ਨਹੀਂ ਚਿੱਟੇ ਹੋਣੇ, ਆਂਵਲਾ ਖਾਇਆ ਕਰ ਪੁੱਤ। ਮੈਂ ਤਾਂ ਬਥੇਰੇ ਆਂਵਲੇ ਵੀ ਖਾ ਕੇ ਦੇਖ ਲਏ, ਹੈ ਨਹੀਂ ਫਰਕ ਪੈਣ ਦੇ। ਹੈਂ, ਤੇ ਜ਼ਿਆਦਾ ਹੀ ਬਾਬਾ, ਕੁਛ ਦਾੜੀ ਕਾਲੀ ਆ, ਸਾਨੂੰ ਕੋਈ ਗੁਪਤ ਰਾਜ ਹੀ ਆ ਕੋਈ ਲੱਗਦਾ। ਆ ਬੀਬਾ ਦੇਖ, ਕਦੇ ਕਦੇ ਡਾਈ ਡੂਈ ਵੀ ਮੈਂ ਲਾ ਲੈਣਾ ਉਦਾਂ, ਬਾਕੀ ਤਾਂ ਬਸ, ਬਾਕੀ ਤਾਂ ਆਂਵਲਿਆਂ ਦਾ ਹੀ ਕਮਾਲ ਆ, ਆਂਵਲੇ ਜ਼ਿਆਦਾ ਹੀ ਖਾਦੇ ਲੱਗਦੇ ਆ ਕੁਛ। ਨਾ ਮੇਰੀ ਗੱਲ ਸੁਣ ਬੱਬੂ, ਨਾ ਕੁੜੇ ਤੂੰ ਰੋਜ਼ ਫੋਨ ਕਰਦੀ ਆ ਘਰ ਦਾ, ਤੈਨੂੰ ਫੋਨ ਕਰਨ ਦੇ ਦਿੰਦਾ, ਕਹਿੰਦਾ ਕਹਿੰਦਾ ਕੁਛ ਨੀ, ਮੈਂ ਤਾਂ ਆਪਣੀ ਗੁਲਾਬ ਘਰ ਦੀਆਂ ਲੱਤਾਂ ਭਾਂਦਾ। ਅੱਜ ਤਾਂ ਮੇਰੇ ਘਰ ਵਾਲਾ ਵੀ ਇੱਥੇ ਹੀ ਆ, ਕਰਾ ਦਿੰਨੀ ਆ ਮੈਂ ਗੱਲ, ਜੇ ਕਰਨੀ ਆ ਤੇ ਘਰ ਵਾਲਾ ਕਰਾ, ਕਰ ਪੁੱਤ ਦਾ ਕਰ ਗੱਲ। ਆ ਗੱਲ ਕਰ। ਹੈਲੋ ਹੈਲੋ, ਹਾਂ ਪੁੱਤ, ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਜੀ,
ਮੇਰੇ ਤਾਂ ਬਾਲ ਤੁਹਾਡੇ ਨਾਲ ਚਿੱਟੇ ਹੋਏ ਦੇ ਪੁੱਤ ਕਹੀ ਜਾਂਦੇ ਓਏ ਹੋਏ 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 ਉਹ ਦੱਸ ਕੀ ਆ ਵੀ ਉਮਰ ਤਾਂ ਮੇਰੀ ਹੋ ਗਈ ਨਾ 85 ਹੋ ਗਏ ਤੇ ਨੇੜੇ ਤੇੜੇ ਦਾ ਹੈਗਾ ਬਸ ਆਪਣੇ ਆਪ ਨੂੰ ਜਵਾਨ ਜਿਹਾ ਰੱਖੀਦਾ ਕਾਇਮ ਜਿਹਾ ਰੱਖੀਦਾ ਨਹੀਂ ਜਵਾਨ ਦਾੜੀ ਤੋਂ ਲੱਗਦੇ ਓਦਾਂ ਨਹੀਂ ਲੱਗਦੇ ਹੈ ਪੁੱਤ ਆਹ ਕਿਆ ਗੱਲਾਂ ਕਰੀ ਜਾਂਦਾ ਤੂੰ ਆ ਤਾਂ ਸਹੀ ਦਾਦਾ ਵਾਲਾ ਜਵਾਨ ਆ ਤੈਨੂੰ ਸਹਿਰਾ ਕਰਾਊ ਨਹੀਂ ਤੁਸੀਂ ਅਮੈਰਿਕਾ ਆ ਕੇ 16-17 ਘੰਟੇ ਪੰਪ ਤੇ ਕੰਮ ਕਰੋ ਨਾ ਫੇਰ ਪਤਾ ਲੱਗੂ ਦਾਦੇ ਚ ਕੀ ਹੈ ਓਏ ਹੋਏ 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 ਮੈਂ ਆਹੀ ਪੁੱਛਣਾ ਸੀ ਭਾਈ ਮੈਂ ਤਾਂ ਬਸ ਇੱਕ ਗੱਲ ਆ ਵੀ 6 ਘੰਟੇ ਨਾਲ ਉੱਪਰ ਮੈਂ ਤੁਹਾਨੂੰ ਟਰੱਕ ਚਲਾ ਹੁੰਦਾ ਭਾਈ 6 ਘੰਟੇ ਨਾਲ ਉੱਪਰ ਨਹੀਂ ਮੈਂ ਟਰੱਕ ਚਲਾ ਸਕਦਾ ਮੈਂ ਇੱਥੇ ਜਦੋਂ ਅਮੈਰਿਕਾ ਦੀ ਖੁਰਾਕ ਖਲਾਈ ਫਿਰ ਮੈਂ 12 ਘੰਟੇ ਵੀ ਚੱਲ ਜਾਣਾ ਫਿਰ ਨਹੀਂ ਕੋਈ ਵੀ ਓਏ ਹੋਏ 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 ਉਹ ਜੇਕਰ ਤੁਸੀਂ ਲੋਕ ਵੀ 20 ਘੰਟੇ ਟਰੱਕ ਚਲਾ ਲੈਂਦੇ ਥੱਕਦੇ ਥੁੱਕਦੇ ਨਹੀਂ 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 ਥੱਕਣਾ ਕਾਰਨ ਤੁਹਾਡੇ ਵਾਂਗੂ ਖੁਰਾਕ ਵਧੀਆ ਖਾਈ ਦੀ ਅੱਛਾ ਆਂਵਲੇ ਖਾਂਦਾ ਹੁਣ ਆ ਵੀ ਮੇਰਾ ਪੁੱਤ ਹਨਾ ਵਧੀਆ ਆ ਬੱਬੂ ਦੰਦ ਵਾਲੇ ਕੱਢਦੀ ਆ ਬੱਬੂ ਆ ਬੱਬੂ ਤੇ ਰੋਕ ਪਾ ਕੇ ਰੱਖਿਆ ਕਰ ਰੋਬ ਰੋਬ ਘਰ ਵੇਲੀ ਰਹਿੰਦੀ ਰੋਬ ਤੇ ਰੋਬ ਕਿੱਦਾਂ ਪੈਣਾ ਨਹੀਂ ਨਿੱਤੇ ਤੇ ਪਾਉਂਦੀ ਰੋਬ ਪਕਾ ਰੋਟੀ ਹੈਲੋ ਅਗਲਾ ਫੋਨ ਲਾਇਓ ਜਰਾ ਪੁੱਤ ਹੈਲੋ 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 ਹਾਏ ਬਈ ਦੇਖੀ ਫੋਨ ਤੇ ਫੋਨ ਲਾ ਕੇ ਤੇ ਫੋਨ ਤੇ ਗੱਲਾਂ ਨਹੀਂ ਕਰਦੇ ਹੈਗੇ ਉਹ ਗੁਲਾਬੋ ਮੈਨੂੰ ਦੱਸਦੀ ਹੁੰਦੀ ਆ ਕਹਿੰਦੀ ਵੀ ਟੀਵੀ ਪਰ ਆਵਾਜ਼ ਜੀ ਫੁੱਲ ਕਰ ਦਿੰਦੇ ਆ ਨਾ ਮੈਂ ਆਉਣਾ ਤੁਹਾਡੇ ਕੋਲ ਮੁੜ ਕੇ ਆਉਂਦੇ ਕੀ ਕਹੀਦਾ ਆਪਣਾ ਬ੍ਰੇਕ ਲੈਣੀ ਕਹਿੰਦੇ ਬ੍ਰੇਕ ਲਾ ਲਓ ਮੈਂ ਆਉਣਾ ਮੁੜ ਕੇ ਫਿਰ ਦੱਸਦਾ ਤੁਹਾਨੂੰ ਉਹ ਪੁੱਤ ਜਦੋਂ ਤੁਸੀਂ ਬ੍ਰੇਕ ਲਈ ਨਾ ਮੈਨੂੰ ਮੇਰਾ ਦੋਸਤ ਰਾਮਦੇਵ ਦੀ ਯਾਦ ਆ ਗਈ ਉਹ ਤੇ ਮੈਂ ਇਕੱਠੇ ਜਾਇਆ ਕਰਦੇ ਤੇ ਚਾਰ ਵੇਚਣ ਡੇਲਿਆਂ ਦਾ ਚਾਰ ਅੰਬ ਦਾ ਚਾਰ ਢੇਉ ਦਾ ਚਾਰ ਮਿਰਚਾਂ ਦਾ ਚਾਰ ਹਾਏ ਹੋਏ ਉਹਦੀ ਯਾਦ ਆਉਂਦੇ ਸਰ ਪੁਰਾਣੇ ਦਿਨ ਵੀ ਯਾਦ ਆ ਗਏ ਮੈਂ ਕਿਹਾ ਕਿੱਦਾਂ ਬੱਬੂ ਕਿਵੇਂ ਆ ਦਵਿੰਦਰ ਹਾਏ ਵੇ ਹਾਏ ਉਹ ਦਵਿੰਦਰ ਉਹ ਦਵਿੰਦਰ ਤਾਂ ਚੱਲ ਗਈ ਹੁਣ ਹੋਰ ਕਿਹੜਾ ਆਇਆ ਓਏ ਹੈਲੋ ਹੈਲੋ ਪੁੱਤ ਹੈਲੋ ਹੈਲੋ ਲੱਗਦਾ ਬਈ ਇਹਨੇ ਟੀ ਵੀ ਦੀ ਫਿਰ ਆਵਾਜ਼ ਕਿਤੇ ਵਧਾਈ ਵੀ ਆ ਅਤੇ ਗੱਲ ਨਹੀਂ ਹੋ ਸਕਣੀ ਬਈ ਪੁੱਤ ਮੈਂ ਹੈਗਾ ਗੁਲਾਬੋ ਦਾ ਦਾਦਾ ਅਤੇ ਜਿਹੜਾ ਰਾਮਦੇਵ ਆ ਨਾ ਉਹ ਤੇ ਮੈਂ ਇਕੱਠੇ ਚਾਰ ਵੇਚਦੇ ਹੁੰਦੇ ਤੇ ਹਾਏ ਬੀਬੀਆਂ ਚਾਰ ਵਾਲਾਂ ਲੈਂਦੀਆਂ ਸੀ ਵੀ ਸਾਡੇ ਤੋਂ ਮੈਨੂੰ ਤਾਂ ਦਿਨ ਵਾਲੇ ਯਾਦ ਆ ਗਏ ਆਹ ਗੁਲਾਬ ਘਰ ਜਦੋਂ ਦੀ ਮੇਰੇ ਪੱਲੇ ਪਈ ਆ ਨਾ ਬਸ ਉਦਣ ਦਾ ਤਾਂ ਸਾਰਾ ਪੱਠਾ ਹੀ ਪੈ ਗਿਆ ਟਰੱਕ 'ਚ ਸਾਰੀ ਜ਼ਿੰਦਗੀ ਲੰਘ ਗਈ ਆਪ ਤਾਂ ਖੱਟੇ ਪੀਲੇ ਰੰਗ ਦੇ ਕਦੀ ਕਿਹੋ ਜਿਹੇ ਖੱਟੇ ਖੱਟੇ ਸੂਟ ਪਾ ਕੇ ਫਿਰਦੀ ਰਹਿੰਦੀ ਆ ਸਾਡੇ ਖੱਟੇ ਬੰਦ ਹੋ ਗਏ ਚਾਹੇ ਛੱਡ ਪਰੇ ਕੋਈ ਗੱਲ ਨਹੀਂ ਬਈ ਅੱਗੇ ਤੁਸੀਂ ਮੈਨੂੰ ਫੋਨ ਕਰੋ 347 ਉਹ ਨੰਬਰ ਮੈਂ ਪੂਰਾ ਵੀ ਨਹੀਂ ਬੋਲਿਆ ਫੋਨ ਆ ਗਿਆ ਹੈਲੋ ਹੈਲੋ ਹਾਏ ਸਤਿ ਸ਼੍ਰੀ ਅਕਾਲ ਪੁੱਤ ਹੈਲੋ ਹਾਏ ਵੇਖੋ ਜੀ ਟੀਵੀ ਦੀ ਆਵਾਜ਼ ਬੰਦ ਕਰ ਦਿਓ ਟੀਵੀ ਦੀ ਹੈਲੋ ਇਹ ਤਾਂ ਹੋਰ ਕਿਤੇ ਲੱਗਾ ਹਾਏ ਓਏ ਕਿਤੇ ਨਹੀਂ ਲੱਗਾ ਗੁਲਾਬੋ ਦੇ ਫੋਨ 'ਚ ਲੱਗਾ ਪ੍ਰੋਗਰਾਮ 'ਚ ਗੁਲਾਬੋ ਦੇ ਫੋਨ 'ਚ ਲੱਗਾ ਆਹੋ ਗੁਲਾਬੋ ਹੀ ਬੋਲਦਾ ਮੈਂ ਉਹਦਾ ਦਾਦਾ ਬੋਲਦਾ ਮਤਲਬ ਗੁਲਾਬ ਸਿੰਘ ਇਹ ਤੇ ਰਿਕਾਰਡ ਕਾ ਹੈ ਇਹ ਤਾਂ ਸਾ ਅਸੀਂ ਦੇਖ ਰਹੇ ਆ ਤੁਸੀਂ ਐ ਕਰੋ ਪੁੱਤ ਟੀਵੀ ਦੀ ਆਵਾਜ਼ ਬੰਦ ਕਰੋ ਪਹਿਲਾਂ ਅੱਛਾ ਅੱਛਾ ਹਾਂ ਕੀ ਨਾਮ ਹੈ ਤੁਹਾਡਾ ਮੈਂ ਜਸਟ ਸਿਟੀ ਤੋਂ ਬੋਲਦਾ ਕਿੱਥੋਂ ਸਿਟੀ ਤੋਂ ਜਸਟ ਸਿਟੀ ਤੋਂ ਅੱਛਾ 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 ਕੀ ਨਾਮ ਹੈ ਭਾਈ ਆਪਣਾ ਪੁੱਤ ਮੇਰਾ ਨਾਮ ਹਰਦਿਆਲ ਸਿੰਘ ਗੁਰਦਿਆਲ ਸਿੰਘ ਅੱਛਾ 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 ਤੇ ਆਪਣਾ ਮੈਂ ਨਾ ਗੁਲਾਬੋ ਦਾ ਦਾਦਾ ਆ ਇਹ ਦਾਦਾ ਅੱਜ ਛਾਪਾਂ ਬੜੀਆਂ ਪਾਈ ਫਿਰਦਾ ਓਏ ਹੋਏ ਹੋਏ ਪਤਾ ਕੀ ਆ ਸਾਡੇ ਪੂਰੇ ਖਾਨਦਾਨ ਦੇ ਵਿੱਚ ਜਿਹੜਾ ਨਾ ਇਹ ਛਾਪਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ ਛਾਪਾਂ ਤੇ ਛੱਲੇ ਓਏ ਹੋਏ ਦਾਦਾ ਜੀ ਇਕੱਲੇ ਓਏ ਹੋਏ ਛਾਪਾਂ ਤੇ ਛੱਲੇ ਓਏ ਹੋਏ ਦਾਦਾ ਜੀ ਇਕੱਲੇ ਬਸ ਕੀ ਕਰੀਏ ਆਹ ਛਾਪਾਂ ਛੱਲਿਆਂ ਨਾਲ ਹੀ ਸਾਰਨਾ ਪੈਂਦਾ ਤੁਹਾਡੀ ਦਾਦੀ ਜਿਹੜੀ ਨਾ ਗੁਲਾਬਕਾਰ ਆਹ ਤਾਂ ਟਿਕਦੀ ਨਹੀਂ ਘਰੇ ਮੈਨੂੰ ਇਹਨਾਂ ਨਾਲ ਹੀ ਸਾਰਨਾ ਪੈਂਦਾ ਦਾਦੀ ਤਾਂ ਦਾਦੇ ਨੂੰ ਛੱਡ ਗਈ ਹੈ ਹਾਏ ਵੇ ਮੈਂ ਤਾਂ ਕਹਿੰਦੀ ਹਾਂ ਛੇਤੀ ਛੱਡ ਜਵੇ ਹਾਂ ਹਲੇ ਤੱਕ ਤਾਂ ਪਈ ਆ ਸ਼ਿੰਗਾਰ ਨੂੰ ਲਾ ਦਿੰਦੀ ਸਵੇਰੇ ਸਵੇਰੇ ਘੰਟਾ ਐਡੀ ਮਾਗ ਭਰ ਲੂ ਆ ਪਰੇ ਤੱਕ ਜਿੱਦਾਂ ਦਾਦਾ ਪਤਾ ਨਹੀਂ ਕਿੱਥੇ ਚੋ ਚੱਲ ਪਲਿਆ ਆਹ ਪੁੱਤ ਹੋਰ ਠੀਕ ਠਾਕ ਆ ਘਰੇ ਸਭ ਠੀਕ ਰਾਜੀ ਬਾਜੀ ਤੁਸੀਂ ਸੁਣਾਓ ਚਾ ਜਾਂਦਾ ਰਾ ਪੁੱਤ ਖੁਸ਼ ਰਹੋ ਮੇਰਾ ਆਸ਼ੀਰਵਾਦ ਤੁਹਾਡੇ ਸਾਰਿਆਂ ਦੇ ਨਾਲ ਅੱਛ ਚੰਗਾ ਪੁੱਤ ਅਗਲਾ ਫੋਨ ਆਇਆ ਮੈਂ ਜਰਾ ਗੱਲ ਕਰਨਾ ਹੈਲੋ
ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦਾ ਪੁੱਤ ਬੜੀ ਮਿੱਠੀ ਬੋਲ ਹਾਂਜੀ ਮੈਂ ਬੋਲ ਰਹੀ ਹਾਂ ਹਾਏ ਮੈਂ ਵੀ ਮੈਂ ਹੀ ਬੋਲ ਰਹੀ ਹਾਂ ਕਿੱਥੋਂ ਬੋਲਦੀ ਮੈਂ ਲੌਂਗਲਿਨ ਸਿਟੀ ਤੋਂ ਹਰਪ੍ਰੀਤ ਬੋਲ ਰਹੀ ਹਾਂ ਹਾਏ ਹਰਪ੍ਰੀਤ ਪੁੱਤ ਮੈਨੂੰ ਤਾਂ ਰਾਮ ਦੇ ਫੇਰ ਯਾਦ ਕਰਾਦਾ ਬੜੀ ਮਿੱਠੀ ਬਾਜ ਆ ਤੇਰੀ ਪੁੱਤ ਅੱਛਾ ਤੁਹਾਡੀ ਵੀ ਆਵਾਜ਼ ਬਹੁਤ ਮਿੱਠੀ ਹੈ ਹਾਏ ਵੇ ਮੈਂ ਤੇ ਮਿੱਠਾ ਵੀ ਬਹੁਤ ਆ ਖੱਟਾ ਵੀ ਬਹੁਤ ਆ ਕੌੜਾ ਵੀ ਬਹੁਤ ਆ ਉਮਰ ਦੇ ਸਮੇਂ ਤੁਸੀਂ ਲੱਗਦੇ ਨਹੀਂ ਹੋ ਕਿ ਇੰਨੀ ਉਮਰ ਦੇ ਹੋ ਗਏ ਬਸ ਕਿਆ ਕਰਾਂ ਲੋਕੀ ਕਹਿ ਦਿੰਦੇ ਮੈਂ ਤਾਂ ਹੈ ਨੀਗਾ ਉਦਾਂ ਦਾਦਾ ਜੀ ਤਾਂ ਤੁਸੀਂ ਬਿਲਕੁਲ ਨਹੀਂ ਲੱਗਦੇ ਆ ਬਸ ਕੀ ਕਰੀਏ ਬਸ ਲੋਕੀ ਨਾਮ ਹੀ ਪੈ ਗਿਆ ਦਾਦਾ ਹੂੰ ਤਾਂ ਹੈ ਨਹੀਂ ਆ ਤਾਂ ਮੇਰਾ ਅੱਜ ਵਿਆਹ ਕਰਾ ਦਾ ਭਾਵੇਂ ਤੁਸੀਂ ਹਾਂਜੀ ਏਡੇ ਰਿਸ਼ਤੇ ਆਪਣੇ ਕੋਲ ਅੱਛਾ ਪੁੱਤ ਕੀ ਕੰਮ ਕਰਦੀ ਹੁੰਦੀ ਆ ਤੂੰ ਮੈਂ ਕੁਛ ਨਹੀਂ ਕੰਮ ਕਰਦੀ ਮੈਂ ਘਰ ਹੀ ਰਹਿੰਦੀ ਆ ਐਡਾ ਵੱਡਾ ਕੰਮ ਕਰਦੀ ਆ ਘਰੇ ਰਹਿੰਦੀ ਕੁਛ ਵੀ ਨਹੀਂ ਕਰਦੀ ਤਾਂ ਕਹੀ ਜਾਂਦੀ ਪੁੱਤ ਮੈਂ ਕੋਈ ਕੰਮ ਨਹੀਂ ਕਰਦੀ ਆ ਘਰ ਦੀਆਂ ਤਾਂ ਐਡਾ ਕੰਮ ਹੁੰਦਾ ਘਰ ਦਾ ਕੰਮ ਤੇ ਬਾਹਰ ਜਾਣਾ ਜ਼ਿਆਦਾ ਹੁੰਦਾ ਇਹ ਤੇ ਗੱਲ ਪੱਕੀ ਹੈ ਆਹੋ 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 ਤੇ ਫਿਰ ਹੋਰ ਫਿਰ ਦੱਸ ਕਦੋਂ ਮਿਲਣਾ ਕਦੋਂ ਮਿਲੀ ਆਪਾਂ ਹਾਂਜੀ ਮਿਲਣਾ ਕਿੱਥੇ ਮਿਲਣਾ ਮਤਲਬ ਮੈਂ ਟਰੱਕ ਲੈ ਕੇ ਆਉਣਾ ਮੈਂ ਸੋਚਿਆ ਸੀ ਵੀ ਅਮਰੀਕੇ ਸ਼ਮਰੀਕੇ ਇੱਕ ਟਰੱਕ ਹੀ ਪਾ ਲਵਾਂ ਫਿਰ ਚੱਲੇਗੀ ਪੁੱਤ ਮੈਂ ਇਹਨਾਂ ਨੂੰ ਘੁਮਾਏਂਗੀ ਅਮਰੀਕਾ ਪੁੱਤ ਹਾਂ ਹਾਂ ਜ਼ਰੂਰ ਘੁਮਾਵਾਂਗੀ ਮੈਂ ਤਾਂ ਵਿਹਲੀ ਹੈਗੀ ਹਾਂ ਮੈਂ ਘਰ ਹੀ ਰਹਿੰਦੀ ਹਾਂ ਜਿੱਧਰ ਕਹੋਗੇ ਉੱਥੇ ਘੁਮਾਉਣ ਲੈ ਚੱਲਾਂਗੀ ਅੱਛਾ 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 ਤੇ ਮੇਰੀ ਗੁਲਾਬੋ ਨਾਲ ਤੇਰੀ ਗੱਲ ਹੋਈ ਹੈ ਪੁੱਤ ਤੰਗ ਤਾਂ ਨਹੀਂ ਕਰਦੀ ਨਹੀਂ ਮੈਂ ਗੁਲਾਬੋ ਨਾਲ ਕਦੀ ਗੱਲ ਕੀਤੀ ਨਹੀਂ ਮੈਂ ਪਹਿਲੀ ਵਾਰੀ ਹੀ ਮੇਰੀ ਕਾਲ ਲੱਗੀ ਹੈਗੀ ਹੈ ਹਾਏ ਓਏ ਫੋਨ ਪਹਿਲੀ ਵਾਰ ਮਰ ਜਾਣਾ ਦੋ ਫੋਨ ਦੀਆਂ ਲਾਈਨਾਂ ਕਰ ਦੋ ਪੁੱਤ ਅੱਜ ਕੱਲ ਧੀਆਂ ਨਾਲ ਕੋਈ ਘੱਟ ਹੁੰਦੇ ਆ ਦੱਸ ਪੁੱਤ ਇਹੋ ਜਿਹੀ ਨਾ ਗੱਲ ਕਰ ਪੁੱਤ ਧੀਆਂ ਤਾਂ ਅੱਜ ਕੱਲ ਪੁੱਤ ਹੀ ਹੁੰਦੀਆਂ ਹਾਂਜੀ ਹਨਾ ਚੱਲ ਚੰਗਾ ਪੁੱਤ ਮੈਂ ਗੱਲ ਕਰਦਾ ਜਿਹੜਾ ਅਗਲਾ ਫੋਨ ਆ ਗਿਆ ਓਕੇ ਜੀ ਹੋਰ ਕਿੱਡਾ ਪ੍ਰੋਗਰਾਮ ਬਣਾ ਕੇ ਮਰ ਜਾਣਾ ਮੈਂ ਹੈਗਾ ਤਾਂ ਬੁੜਾ ਹੀ ਆ ਦਾੜੀ ਕਾਲੀ ਕਰਨ ਨਾਲ ਕੋਈ ਜਵਾਨ ਥੋੜੀ ਹੋ ਜਾਂਦਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਕੰਮ ਠੀਕ ਠਾਕ ਹੋ ਮੈਂ ਠੀਕ ਹਾਂ ਪੁੱਤ ਆ ਥੱਕ ਗਿਆ ਬਸ ਹੁਣ ਬਸ ਬਹੁਤ ਹੋ ਗਿਆ ਮੈਂ ਤਾਂ ਨਹੀਂ ਖੜਾ ਹੁੰਦਾ ਹੁਣ ਬਸ ਕੋਈ ਕੁਰਸੀ ਲੈ ਲਓ ਫਿਰ ਕੁਰਸੀ ਇੱਥੇ ਕਾਹਦੀ ਕੁਰਸੀ ਆ ਮੈਂ ਨਹੀਂ ਮੈਂ ਉੱਦਾਂ ਤਾਂ ਬਸ ਚੱਲ ਚੱਲ ਕੋਈ ਗੱਲ ਨਹੀਂ ਪੁੱਤ ਤੇਰੀ ਆਵਾਜ਼ ਸੁਣ ਕੇ ਮੈਂ ਠੀਕ ਹੋ ਗਿਆ ਫਿਰ ਤੋਂ ਹਾਏ ਜਦੋਂ ਵੀ ਇਹੋ ਜਿਹੀ ਆਵਾਜ਼ਾਂ ਸੁਣਦਾ ਮੈਨੂੰ ਪਤਾ ਨਹੀਂ ਕਿਆ ਹੋਈ ਜਾਂਦਾ ਅੱਛਾ ਪੁੱਤ ਤੇਰਾ ਨਾਮ ਕੀ ਆ ਮੇਰਾ ਨਾਮ ਜਸਵੰਤ ਹੈ ਜੀ ਜਸਵੰਤ ਜਸਵੰਤ ਉਹਦਾ ਨਾਮ ਕੀ ਆ ਘਰਦੇ ਦਾ ਕਰਦੇ ਨਾ ਹੈਗਾ ਅਸੀਂ ਲੈਂਦੇ ਨਹੀਂ ਹੁੰਦੇ ਜੀ ਘਰ ਵਾਲਿਆਂ ਨੂੰ ਹਾਏ ਵੇ ਪੱਕਾ ਹਾਏ ਦੇਖੀ ਕਿੱਡੀ ਚੰਗੀ ਆ ਗੁਲਾਬ ਦਾਦੀ ਨੂੰ ਵੀ ਕੁਛ ਸਿਖਾ ਦੇ ਸਾਰਿਆਂ ਨੂੰ ਕਹੀ ਜਾਂਦੀ ਮੇਰੇ ਘਰ ਦੇ ਦਾ ਨਾਂ ਆ ਗੁਲਾਬ ਸਿੰਘ ਗੁਲਾਬ ਸਿੰਘ ਹਾਂ ਦੇਖੀ ਆ ਚੰਗਾ ਹੀ ਲੱਗਦਾ ਜੀ ਫਿਰ ਆਪਾਂ ਨੂੰ ਹਤੇ ਬੈਠੇ ਤਾਂ ਨਾਂ ਲਈ ਆਪਦੇ ਘਰ ਵਾਲੇ ਦਾ ਆਹਾਂ ਦੇਖੀ ਨਹੀਂ ਉਹਦਾ ਫਿਰ ਕਿੱਦਾਂ ਕਹਿ ਕੇ ਸੱਦਦੀ ਹੁੰਨੀ ਆ ਪੁੱਤ ਮੈਂ ਉਹਨੂੰ ਪਿਆਰ ਨਾਲ ਰਾਜਾ ਕਹਿਣੀ ਹੁੰਨੀ ਆ ਹਾਏ ਵੇ ਉਹ ਤੇਰਾ ਰਾਜਾ ਤੂੰ ਉਹਦੀ ਰਾਣੀ ਬਣ ਗਈ ਵੀਰੋ ਨਵੀਂ ਕਹਾਣੀ ਓਏ ਹੋਏ 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 ਕੀ ਬਾਤ ਆ ਤੁਹਾਡੇ ਰਾਜਾ ਰਾਣੀ ਦੀ ਮੈਂ ਰਾਜਾ ਕਿਸੇ ਬੁਲਾਉਣੀ ਹੁੰਨੀ ਆ ਜੀ ਉਹਨਾਂ ਨੂੰ ਅੱਛਾ ਉਹ ਅੱਗੋਂ ਕੀ ਕਹਿੰਦਾ ਉਹ ਕਹਿੰਦਾ ਉਹ ਬਸ ਮੇਰਾ ਨਾਂ ਲੈ ਜਾਂਦਾ ਜੀ ਦੇਖੀ ਉਹਨੂੰ ਕਿਹਾ ਅੱਜ ਤੋਂ ਮੈਨੂੰ ਰਾਣੀ ਕਹਿ ਕੇ ਸੱਦੀ ਇਹ ਤਾਂ ਕਹਿਦਾ ਹੁੰਦਾ ਕੱਲੀ ਨੂੰ ਤਾਂ ਸਾਰਿਆਂ ਸਾਹਮਣੇ ਨਹੀਂ ਕਹਿ ਖਾਤੀ ਵੀ ਬੋਲ ਕਿਆ ਬਾਤਾਂ ਨੇ ਵੀ ਹਾਂ ਕਿਆ ਬਾਤਾਂ ਤੇ ਰਾਜੇ ਤੇ ਰਾਣੀ ਤੇ ਰਾਜਕੁਮਾਰ ਤੇ ਰਾਜਕੁਮਾਰੀਆਂ ਕਿੰਨੇ ਨੇ ਸੁਖਨਾ ਰੰਗ ਲੱਗੇ ਤਿੰਨ ਗੁੱਡੀਆਂ ਨੇ ਦੋ ਕਾਕੇ ਨੇ ਜੀ ਵਧੀਆ ਰੰਗ ਲੱਗੇ ਹੈ ਕੈਨੇਡਾ ਚ ਰਹਿੰਦੇ ਆ ਹਾਏ ਵੀ ਕਿਆ ਬਾਤ ਆਇਓ ਸਾਡੇ ਕੋਲੇ ਕਿਤੇ ਹਨਾ ਗੇੜਾ ਮਾਰਿਓ ਮੈਂ ਵੀ ਆਉਂਗਾ ਪੁੱਤ ਮੈਂ ਆਉਂਗਾ ਤੁਹਾਡੇ ਕੋਲ ਟਰੱਕ ਤੇ ਲੈ ਕੇ ਜਾਉਂ ਫਿਰ ਤੁਹਾਨੂੰ ਸਾਰਿਆਂ ਨੂੰ ਚੰਗਾ ਹਾਂ ਹਾਂ ਆਜੋ ਅਸੀਂ ਘੁਮਾ ਦਾਂਗੇ ਤੁਹਾਨੂੰ ਇੱਥੇ ਬੜਾ ਕੁਛ ਦੇਖਣ ਨੂੰ ਨਿਆਗਰਾ ਫਾਲ ਵੰਡਰਲੈਂਡ ਇੱਥੇ ਕਹੋਗੇ ਉੱਥੇ ਲੈ ਜਾਾਂਗੇ ਅਸੀਂ ਬਜ਼ੁਰਗਾਂ ਦਾ ਕਿਹੜਾ ਮਿਲਦੇ ਨੇ ਕਿੱਥੋਂ ਬਜ਼ੁਰਗ ਸਹੀ ਗੱਲ ਆ ਪੁੱਤ ਸਾਡੇ ਵਰਗੇ ਤੇ ਜਿਹੜਾ ਘੱਟ ਹੀ ਮਿਲਦੇ ਨੇ ਚੰਗਾ ਪੁੱਤ ਜਿਉਂਦੀ ਰਹੋ ਖੁਸ਼ ਰਹੋ ਲੰਬੀ ਉਮਰਾਂ ਵਾਲੀ ਹੋਵੇਂ ਓਕੇ ਥੈਂਕ ਯੂ ਜੀ ਵਾਹ ਵਾਹ ਸਾਡੀ ਗੁਲਾਬੋ ਦੀ ਤਾਂ ਜ਼ਿੰਦਗੀ ਬਣੀ ਪਈ ਹੈ ਏਡੇ ਸਾਰੇ ਫੋਨ ਆਉਂਦੇ ਨੇ ਹੈਲੋ ਹਾਈਓ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਗੁਲਾਬੋ ਜੀ ਕੀ ਹਾਲ ਚਾਲ ਆ ਮੈਂ ਗੁਲਾਬੋ ਨੀ ਪੁੱਤ ਮੈਂ ਗੁਲਾਬੋ ਦਾ ਦਾਦਾ ਬੋਲਦਾ ਵੀਰੇ
ਪਛਾਣ ਤੇ ਲੈਣਾ ਹੀ ਆ ਜੋ ਮਰਜ਼ੀ ਬਣ ਜਾਓ। ਹਾਏ ਵੇ ਪੋਲ ਨਾ ਖੋਲੀ ਪੁੱਤ, ਜਾਨ ਹੀ ਕੱਢ ਲਈ, ਜਾਨ ਹੀ ਕੱਢ ਲਈ ਯਾਰ। ਓਏ ਹੋਏ 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 ਹੋਏ, ਆ ਕਿੱਥੋਂ ਬੋਲਦਾ ਪੁੱਤ ਤੂੰ? ਫ੍ਰਿਜ ਨਾ ਤੋਂ, ਫ੍ਰਿਜ ਨਾ ਤੋਂ, ਹਾਏ ਫ੍ਰਿਜ ਮਾਂ ਤੇ ਬੋਲਦਾ, ਫ੍ਰਿਜ ਮਾਂ ਤੇ, ਕੈਲੀਫੋਰਨੀਆ ਫ੍ਰਿਜ ਨਾ ਤੋਂ ਬੋਲਦਾ। ਹਾਏ ਵਾਏ ਕੈਲੀਫੋਰਨੀਆ ਦੇ ਫ੍ਰਿਜ ਮਾਂ ਤੇ, ਉੱਥੇ ਤਾਂ ਹੋਰ ਵੀ ਫ੍ਰਿਜ ਠੰਡੇ ਹੁੰਦੇ ਆ, ਉੱਥੇ ਦੇ ਫ੍ਰਿਜ ਮਾਂ ਤੇ ਬੋਲਦਾ। ਫ੍ਰਿਜ ਨੂੰ ਇੱਥੇ ਗਲਾਬੋ ਟਰੱਕ ਲੈ ਕੇ ਆਵੀਂ, ਫੇਰ ਵੇਖੀਂ ਕੀ ਹਾਲ ਵੇਖਦਾ ਉੱਥੇ। ਹਾਏ ਵੇ ਮੈਂ ਤਾਂ ਆਹੀ ਪੁੱਛਦਾ ਸੀਗਾ ਵੀ ਮੈਂ ਗਲਾਬੋ ਨੀ, ਪਹਿਲੇ ਤਾਂ ਗੱਲ ਪੁੱਤ ਮੈਂ ਗਲਾਬੋ ਦਾ ਦਾਦਾ ਹਾਂ, ਤੇ ਦੂਜੀ ਗੱਲ ਇਹ ਆ ਕਿ ਵੀ ਟਰੱਕ ਤੂੰ ਵੀ ਚਲਾਇਆ ਕਰਦੇ। ਦਾਦੇ ਦੀ ਮਹਿੰਦਰ ਨਾਲ ਹੀ ਮਿਲਦਾ ਗਲਾਬੋ ਦਾ, ਗਲਾਬੋ ਵਰਗਾ ਹੋਣਾ ਦਾਦਾ ਵੀ। ਓਹੋ ਆ ਤਾਂ ਗੱਲ ਸਹੀ ਆ ਪੁੱਤ, ਸਾਡੀ ਗਲਾਬੋ ਇੱਥੇ ਟਰੱਕਾਂ ਦਾ ਬਹੁਤ ਇੱਥੇ ਕੰਮ ਆ, ਟਰੱਕਾਂ ਦਾ ਤੇ ਇੱਥੇ ਹੀ ਪਾ ਲਾ ਗਲਾਬੋ, ਦੋ ਚਾਰ ਟਰੱਕ ਇੱਥੇ ਇੱਥੇ ਬਹੁਤ ਹੁੰਦਾ ਚੱਲਣਾ ਤੇਰਾ। ਪਾਰਟਨਰਸ਼ਿਪ ਚ ਪਾਈਏ, ਪਾਰਟਨਰਸ਼ਿਪ ਚ ਆਮਾ ਫਿਰ ਮੈਂ ਪਾ ਲਾ, ਆ ਜਾ ਫੇ, ਆ ਜਾ ਕਟਾਓ ਮੇਰੀ ਟਿਕਟ ਵੀ, ਟਿਕਟ ਵੀ ਲੈ ਦਾਂਗੇ, ਸਾਰਾ ਕੰਮ ਕਰ ਦਾਂਗੇ, ਲਾਇਸੈਂਸ ਵੀ ਦੇ ਪਾ ਦਾਂਗੇ। ਯਾਰ ਟਰੱਕ ਚ ਫਿਰ ਲੋਡ ਕੀ ਕਰਕੇ ਲੈ ਕੇ ਜਾਵਾਂਗੇ? ਲੋਡ ਹੀ ਫੇਰ ਕੰਮ ਆਉਣਾ ਤੇ। ਓਏ ਹੋਏ 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 ਹੋਏ, ਬਾਕੀ ਪੁੱਤ ਚੱਲ ਠੀਕ ਆ, ਮੈਂ ਸੋਚਦਾ ਇਹਦੇ ਬਾਰੇ ਵੀ ਮੈਂ ਕਦੋਂ ਆਉਣਾ ਤੇ ਕਦੋਂ ਟਰੱਕ ਪਾਉਣਾ। ਹੁਣ ਪੁੱਤ ਤੈਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆ, ਹੈਂ ਬਾਈ, ਸਤਿ ਸ੍ਰੀ ਅਕਾਲ ਹੀ ਆ ਫੇਰ ਹੁਣ ਤੇ। ਚੰਗਾ ਪੁੱਤ, ਓਏ ਹੋਏ ਹੋਏ, ਵਾਲੇ ਕੰਮ ਪਰ ਗੱਲਾਂ ਕਰਦੇ ਵੀ ਉਰੇ ਦਾ ਵਧੀਆ ਬਣਾਇਆ ਪਿਆ ਤੁਸੀਂ ਘਰ। ਤੇ ਪੁੱਤ ਏਦਾਂ ਵੀ ਅੱਜ ਮੈਂ ਗੁਲਾਬ ਸਿੰਘ ਤੁਹਾਨੂੰ ਸਾਰਿਆਂ ਨੂੰ ਵਾਅਦਾ ਕਰਦਾ ਕਿ ਤੁਹਾਡੇ ਸਾਰਿਆਂ ਦੀ ਗੁਲਾਬੋ ਤੁਹਾਨੂੰ ਜਲਦੀ ਮਿਲਾਵਾਂਗਾ। ਤੇ ਆਹ ਜਿਹੜੀ ਦਾਦੀਆਂ ਦੀ ਅੱਜ ਮੈਂ ਜਾ ਕੇ ਭਾਂਦਾ ਲੱਤਾਂ, ਮੈਨੂੰ ਉੱਧਰ ਇਕੱਲੇ ਨੂੰ ਕਿਉਂ ਨਹੀਂ ਲੈ ਕੇ ਆਈ? ਓਏ ਤੇ ਤੁਸੀਂ ਸਾਰੇ ਵੇਖਦੇ ਰਹੋ ਆਪਣਾ ਗਲੋਬਲ ਪੰਜਾਬ ਟੀਵੀ 'ਤੇ ਆ ਪ੍ਰੋਗਰਾਮ ਕਾਹੜਾ, ਗੱਲਾਂ ਵਿੱਦ ਗੁਲਾਬੋ, ਮੈਂ ਚੱਲਾਂ। ਉਹ ਟਰੱਕ ਕੁੜੀ ਲੁੱਟ ਪੁੱਟ ਕੇ ਲੈ ਗਈ।